ਖੱਡ ਮਾਰਤੇ ਆ, ਟਰੇਡਰ ਨੇ ਚੱਕਰ ਨਹੀਂ ਤੋੜੇ, ਬੰਦ ਨਹੀਂ ਹੋਇਆ ਟਰੇਡਰ, ਸਲਿੱਪ ਕੱਢਦਾ ਰਿਹਾ। ਹਾਂਜੀ ਸਤਿ ਸ਼੍ਰੀ ਜੀ ਸਾਰਿਆਂ ਨੂੰ, ਤੇ ਲਓ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਤੇ ਆਹ ਦੇਖ ਲਓ ਤੁਸੀਂ, ਟਰੇਟਰਾਂ ਦਾ ਟਿੱਬਾ ਬਣਿਆ ਹੋਇਆ, ਇੱਦਾਂ ਹੀ ਬਣਿਆ ਰਹੂਗਾ ਜਿੰਨਾ ਚਿਰ ਇਹਦਾ ਕੋਈ ਹੱਲ ਨਹੀਂ ਲੱਭਦਾ, ਕੋਈ ਕੰਮ ਚੱਲ ਰਿਹਾ ਹਜੇ ਟਰੇਟਰ ਤੇ। ਤੇ ਆਹ ਇੱਕ ਟਰੇਟਰ ਆਪਾਂ ਐਕਸਪੈਰੀਮੈਂਟ ਤੇ ਲਾਇਆ ਸੀਗਾ, ਠੀਕ ਹੈ, ਹੁਣ ਇਸ ਤੋਂ ਬਾਅਦ ਆਹ ਜਿਹੜਾ ਟਰੇਟਰ ਹੈ ਇਹਨੂੰ ਵੀ ਆਪਾਂ ਐਕਸਪੈਰੀਮੈਂਟ ਤੇ ਲਾ ਦੇਣਾ, ਕਿਉਂਕਿ ਇਸ ਮਾਡਲ ਦੇ ਵਿੱਚ ਕਿਸੇ ਹੋਰ ਤਰੀਕੇ ਨਾਲ ਆਪਾਂ ਫਿਟਿੰਗ ਕੀਤੀ ਹੈ ਗੇਅਰ ਬਾਕਸ ਦੀ ਮੋਟਰ ਦੀ, ਤੇ ਉਹਦੇ ਵਾਸਤੇ ਇਹਦੇ 'ਚ ਕੱਟ ਵੱਢ ਕੀਤੀ ਕਾਫੀ ਜ਼ਿਆਦਾ, ਠੀਕ ਹੈ। ਤੇ ਇਹ ਤਰੀਕਾ ਵੀ ਠੀਕ ਹੈ, ਪਰ ਮੈਂ ਚਾਹੁੰਦਾ ਕਿ ਇਸ ਤੋਂ ਵੀ ਵਧੀਆ ਤਰੀਕੇ ਨਾਲ ਫਿਟਿੰਗ ਹੋਵੇ, ਤੇ ਉਹਦੇ ਵਾਸਤੇ ਫਿਰ ਆਪਾਂ ਨੂੰ ਐਕਸਪੈਰੀਮੈਂਟ ਵਾਸਤੇ ਇੱਕ ਹੋਰ ਮਾਡਲ ਚਾਹੀਦਾ। ਆ ਜਾ ਵੀ, ਤੂੰ ਵੀ ਆ ਜਾ, ਰੈਡੀ, ਕੋਈ ਹੋਰ ਨਹੀਂ ਜਾ, ਐਕਸਪੈਰੀਮੈਂਟ ਕਰ ਕਰਕੇ ਛੱਡੀ ਜਾਂਦਾ। ਚਲੋ ਕੋਈ ਚੱਕਰ ਨਹੀਂ ਗਾ, ਰਿਸਰਚ ਕਰਨੀ ਜ਼ਰੂਰੀ ਹੈ, ਠੀਕ ਹੈ। ਤੇ ਉਸ ਦੇ ਨਾਲ ਅੱਜ ਇਸ ਵਾਲੇ ਮਾਡਲ ਵੀ ਕੱਢਦੇ ਹਾਂ ਬਾਹਰ ਡੱਬੇ 'ਚੋਂ, 6911 ਦਾ ਸ਼ੋ ਰਹਿ ਗਈ ਹੈ, ਬੋਨਟ ਰਹਿ ਗਿਆ, ਬੋਨਟ ਲਾ ਦਿੰਦੇ ਹਾਂ, ਜਾਲੀਆਂ ਦੇਖ ਲੈਣਾ ਪ੍ਰਿੰਟ ਹੋਈਆਂ ਪਈਆਂ ਹੋਈਆਂ ਉਹ ਲਾ ਦਾਂਗੇ, ਨਹੀਂ ਤਾਂ ਜਾਲੀਆਂ ਪ੍ਰਿੰਟ ਕਰ ਲਾਂਗੇ। ਮੇਨ ਜਿਹੜੀ ਸਭ ਨਾਲ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਹੈ ਵਾਈਟ ਫਿਲਾਮੈਂਟ ਦੀ, ਇਹਦੀਆਂ ਲਾਈਟਾਂ ਜਿਹੜੀਆਂ ਪ੍ਰਿੰਟ ਹੋਣੀਆਂ ਨੇ, ਵਾਈਟ ਫਿਲਾਮੈਂਟ ਮੌਕੇ 'ਤੇ ਹੈ ਨਹੀਂ ਆਪਣੇ ਕੋਲ, ਅਤੇ ਬਸ ਉਹੀ ਇੱਕ ਗੜਬੜ ਹੈ, ਉਹੀ ਸਮੱਸਿਆ ਹੋਊਗੀ ਇੱਕ। ਚਲੋ ਕੋਈ ਨਹੀਂ, ਉਹ ਵੀ ਲੱਗ ਜੂ ਪਤਾ ਅੱਗੇ ਆਉਣ ਵਾਲੇ ਟਾਈਮ 'ਚ ਕੀ ਬਣਦਾ। ਮੈਨੂੰ ਇਹ ਆ ਕਿ 3-4 ਦਿਨਾਂ ਦੇ ਵਿੱਚ ਵਿੱਚ ਨਾ ਕੰਮ ਨਿਬੇੜ ਕੇ ਵੀ ਕਿਸੇ ਪਾਸੇ ਲਾ ਕੇ ਮਾਡਲ, ਅਤੇ ਦਵਾ ਦਾ ਮੈਂ ਅਪਲੋਡ ਕਰਦਾ ਔਡਰ ਵਾਸਤੇ, ਠੀਕ ਹੈ, ਕਿਉਂਕਿ ਵੇਟਿੰਗ ਬਹੁਤ ਲੰਮੀ ਚੱਲਣ ਦੀ ਹੈ। ਹਰ ਵੀਡੀਓ 'ਤੇ ਕਮੈਂਟ ਆਉਂਦਾ ਕਿ ਬਾਏ ਕਿੱਦਾਂ ਕਰੀਏ, ਕੰਟੈਕਟ ਨੰਬਰ ਦਿਓ, ਠੀਕ ਹੈ, ਜਾਂ ਇੰਸਟਾ 'ਤੇ ਮੈਸੇਜ ਆਈ ਜਾਂਦੇ ਨੇ ਕਿ DM ਕਰੋ। ਮੌਕੇ 'ਤੇ ਸੇਲ ਵਾਸਤੇ ਆਪਣੇ ਟਰੈਕਟਰ ਰੇਡੀ ਨਹੀਂ ਗਏ, ਇਸ ਕਰਕੇ ਮੈਂ ਹਜੇ ਕੋਈ ਵੀ ਰਿਪਲਾਈ ਨਹੀਂ ਦੇਣ ਦਿਆ ਕਿਸੇ ਨੂੰ ਵੀ। ਅਤੇ ਮੈਨੂੰ ਇਹ ਆ ਕਿ ਛੇਤੀ ਕਿਸੇ ਪਾਸੇ ਲੱਗੇ ਮਾਡਲ, ਕਿ ਕਿਸ ਤਰੀਕੇ ਨਾਲ ਬਣਾਉਣਾ, ਕਿੱਦਾਂ ਦਾ ਗੇਅਰ ਬੋਕਸ ਲਾਉਣਾ, ਅਤੇ ਆਪਾਂ ਅੱਗੇ ਕੰਮ ਸ਼ੁਰੂ ਕਰੀਏ ਛੇਤੀ ਛੇਤੀ। ਜਿਵੇਂ ਜਿਵੇਂ ਕੰਮ ਇੱਧਰ ਵਧਣ ਦਿਆ, ਡੱਬਿਆਂ ਦੀ ਸੰਖਿਆ ਵਧਣ ਦੀ ਹੈ, ਉਵੇਂ ਉਵੇਂ ਸਪੇਸ ਦੀ ਕਮੀ ਹੋਣ ਦੀ ਹੈ। ਆਹ ਥਾਂ ਬਣਾਈ ਸੀ ਕਿ ਚੱਲ ਇੱਥੇ ਪ੍ਰੋਪਰ ਮਾਡਲ ਰੱਖਾਂਗੇ, ਅਤੇ ਹਾਲ ਦੇਖੋ ਇੱਥੋਂ ਦਾ ਕੀ ਹੋਇਆ ਪਿਆ, ਦੇਖੋ ਖਲਾਰਾ ਪਿਆ ਹੋਇਆ। ਅਤੇ ਇੱਥੇ ਮੈਂ ਥੋੜ੍ਹੀ ਜਿਹੀ ਜਗ੍ਹਾ ਬਣਾਈ ਆ, ਮੇਜ਼ ਖਾਲੀ ਕੀਤਾ, ਮੈਂ ਕਿਹਾ ਜਿਹੜੇ ਵੱਡੇ ਵੱਡੇ ਡੱਬੇ ਨੇ ਨਾ, ਆਹ ਮਾਡਲਾਂ ਦੇ ਆਏ ਨੇ ਜਿਹੜੇ, ਆਹ ਵੱਡਾ ਡੱਬਾ, ਇਹਨਾਂ ਨੂੰ ਇੱਥੇ ਸੈੱਟ ਕਰਦੇ ਹਾਂ, ਠੀਕ ਹੈ, ਉਦੋਂ ਬਾਅਦ ਫਿਰ ਆਹ ਮਾਡਲ ਦੇਖ ਲਾਂਗੇ ਜਿੱਥੇ ਕਰਨੇ ਹੋਏ, ਜਾਂ ਇੱਥੇ ਪਿੱਛੇ ਵੀ ਰੱਖਣੇ ਹੋਏ, ਪਿੱਛੇ ਫਿਰ ਆਪਣਾ ਸਿਲਵਰ ਪਲੇ ਬਟਨ ਨਹੀਂ ਵੇਖਦਾ ਪਿਆ, ਇਹਦੀ ਲੋਕੇਸ਼ਨ, ਇਹਦੀ ਲੋਕੇਸ਼ਨ ਤਾਂ ਨਹੀਂ ਚੇਂਜ ਕਰਦੇ ਸਿਲਵਰ ਪਲੇ ਬਟਨ ਦੀ, ਦੋਵਾਂ ਦੀ, ਇਹਨਾਂ ਦੀ ਇੱਥੇ ਹੀ ਰਹਿਣ ਦਾਂਗੇ, ਮਾਡਲ ਹੋ ਸਕਦਾ ਇੱਥੇ ਹੀ ਪਏ ਰਹਿਣ, ਇੱਦਾਂ ਹੀ, ਠੀਕ ਹੈ, ਇੱਥੇ ਆਪਾਂ ਕੰਮ ਕਰਦੇ ਰਹਾਂਗੇ, ਇੱਥੇ ਥੋੜ੍ਹਾ ਜਿਹਾ ਹੋਰ ਸਪੇਸ ਬਣ ਜੂਗਾ ਸਮਾਨ ਸਮੂਨ ਰੱਖਣ ਵਾਸਤੇ, ਇਹ ਕੰਮ ਕਰ ਲੈਂਦੇ ਇੱਕ ਤਾਂ। ਬਾਕੀ ਮੇਨ ਤਾਂ ਇਹ ਕੰਮ ਨੇ, ਬਾਕੀ ਵਲੌਗ ਮੈਂ ਅਪਲੋਡ ਕਰਨੇ ਆ ਕੱਲ੍ਹ ਵਾਲਾ, ਸ਼ੂਟਿੰਗ ਵਾਲਾ ਪਲਾਨ ਆਪਣਾ ਸ਼ਾਮ ਦਾ, ਇਹ ਮੌਕੇ 'ਤੇ ਹੁਣ ਆਪਾਂ ਐਕਸਪੈਰੀਮੈਂਟ ਹੀ ਕਰਨੇ ਨੇ ਇੱਧਰ, ਠੀਕ ਹੈ, ਕਰਦੇ ਹਾਂ ਫਿਰ ਕੰਮ ਸ਼ੁਰੂ, ਠੀਕ ਹੈ। ਪਹਿਲਾਂ ਮੈਂ ਸਵਰਾਜ 'ਤੇ ਕਰਦਾ ਐਕਸਪੈਰੀਮੈਂਟ, ਅਤੇ ਨਾਲੇ 911 ਦਾ ਬੋਨਟ ਵਗੈਰਾ ਫਿਟਿੰਗ ਕਰਕੇ, ਅਤੇ ਇਹਦੇ ਵਾਸਤੇ ਛੱਤਰੀਆਂ ਦਾ ਯਾਰ, ਚਲੋ ਦੇਖਦਾ ਮੈਂ ਇਹਦੀਆਂ ਛੱਤਰੀਆਂ ਦਾ ਵੀ ਕਰਦੇ ਹੱਲ, ਅਤੇ ਮਿਲਦਾ ਤੁਹਾਨੂੰ ਅੱਧੇ ਘੰਟੇ 'ਚ, ਦੇਖਦਾ ਸਾਰਾ ਕੁਝ ਸੋਲਵ ਕਰਕੇ, ਬਹੁਤ ਕਨਫਿਊਜ਼ਨ ਚੱਲਣ ਦੀ ਹੈ। ਲਓ ਵੀ ਮੁੰਡਿਓ, ਸੀਨ ਇੱਦਾਂ ਹੈ ਕਿ ਆਹ ਦੇਖੋ ਤੁਸੀਂ ਸਵਰਾਜ 'ਤੇ ਚੱਲਣ ਦਿਆ ਕੰਮ, ਗੇਅਰ ਬੋਕਸ ਇਹਨਾਂ ਮੈਂ ਕੀਤਾ ਅਪਗ੍ਰੇਡ ਕਰਨ ਨਾਲੋਂ, ਅਤੇ ਸ਼ਾਮ ਨੂੰ ਕਰਾਂਗੇ ਟੈਸਟਿੰਗ, ਤੁਹਾਨੂੰ ਮੈਂ ਫਰਕ ਵਿਖਾਵਾਂਗਾ, ਠੀਕ ਹੈ, ਕਿੰਨਾ ਕੁ ਫਰਕ ਪਿਆ। ਉਸ ਦੇ ਨਾਲ ਜਿਹੜਾ ਇਸ ਟਰੈਕਟਰ ਆਪਣਾ ਬਣਾਉਣਾ, ਉਹਦੇ ਗੇਅਰ ਬੋਕਸ 'ਤੇ ਕੰਮ ਚੱਲਣ ਦਿਆ, ਮੱਥਾ ਮਾਰੀ ਜਾਂਦੇ ਹਾਂ, ਹਜੇ ਦੇਖਦੇ ਹਾਂ ਕੀ ਬਣਦਾ। ਅਤੇ ਆਹ ਦੇਖੋ ਇੱਥੇ ਖਲਾਰਾ ਪਾਇਆ ਹੋਇਆ, ਆਹ ਅਖਬਾਰਾਂ ਦੀਆਂ ਚੱਕ ਲੈ, ਆਪਾਂ ਇੱਥੇ ਵੀਡੀਓ ਸ਼ੂਟ ਕਰਨੀ ਹੈ ਸਿਰਾ ਜੀ। ਅਤੇ ਆਹ ਦੇਖੋ 911 ਇੰਨੀਆਂ ਵੀ ਫੋਟੋਆਂ ਭੇਜਣੀਆਂ ਸੀ, ਇਸ ਕਰਕੇ ਇੱਥੇ ਰੱਖਿਆ ਹੋਇਆ। ਤੂੰ ਆ ਜਾ ਭਾਈ, ਇੱਕ ਵਾਰੀ ਇੱਥੇ ਹੀ, ਐਵੇਂ ਆਪਾਂ ਤਾਂ ਜਗ੍ਹਾ ਬਣਾਈ ਸੀਗੀ ਵੀ ਚੱਲ ਮੇਜ਼ 2 ਹੋ ਜਾਣਗੇ, ਖੁੱਲੀ ਜਗ੍ਹਾ ਹੋਊਗੀ, ਹਾਲ ਆਪਣਾ ਫੇਰ ਹੋਈ ਹੈ, ਕਚਰਾ ਕਲਾਰਾ ਚਾਰੇ ਪਾਸੇ। ਚਲ ਕੋਈ ਨਹੀਂ, ਹੋ ਜਾਤਾ ਉੱਤੇ, ਅੱਜ ਡੱਬੇ ਕਰਨੇ ਸੈੱਟ ਹੋਏ, ਤਾਂ ਡੱਬੇ ਨਾ ਉੱਥੇ ਲਾਵਾਂਗੇ ਸਾਰੇ, ਜਗ੍ਹਾ ਬਣਾਈ ਮੈਂ ਸਪੈਸ਼ਲ। ਚੱਲ ਚੱਕ ਲੈ, ਉਹ ਡੱਬਾ ਚੱਕ ਲੈ, ਅਤੇ ਆਪਾਂ ਕਰਦੇ ਇਸ ਦੀ ਅਨਬੋਕਸਿੰਗ, ਅਤੇ ਇਸ ਦੀ ਨਾਲੇ ਤਾਂ ਵੀਡੀਓ ਸ਼ੂਟ ਕਰਨੀ ਹੈ ਜੇ।
ਚੁੱਕਿਆ ਕਰ ਇਹਦੇ ਚੋਂ ਸਮਾਨ ਸੀਗਾ ਮਾਡਲਾਂ ਦਾ ਹੀ ਮੈਂ ਨਾ ਇਹ ਚਾਹੁੰਦਾ ਕਿ ਇਹਦਾ ਸਮਾਨ ਸੀ ਮਾਡਲਾਂ ਦਾ ਹੋਰ ਮੈਂ ਕੀ ਕਹਿਣਾ ਚਾਹੁੰਦਾ ਟਰਾਲੀ ਸਿਆਂ ਤੂੰ ਚੱਲ ਇੱਥੇ ਅਤੇ ਫੋਟਾ ਸਿਆਂ ਤੂੰ ਚੱਲ ਇੱਥੇ ਸਵਰਾਜ ਸਿਆਂ ਤੂੰ ਚੱਲ ਇੱਥੇ ਖੜ੍ਹ ਜਾ ਇੱਕ ਵਾਰੀ ਇਹਦੇ ਨਾਲ ਵੀ ਹਜੇ ਅੱਗੇ ਹੋਰ ਸ਼ੋਰਟ ਵੀਡੀਓ ਸ਼ੂਟ ਕਰਨੀ ਹੈ ਚਲੋ ਫਿਰ ਮੈਂ ਨਾ ਸ਼ੋਰਟ ਵੀਡੀਓ ਬਣਾਉਣਾ ਇਹਦੀ ਇਸ ਦੀ ਕਰਦੇ ਹਾਂ ਅਨਬੋਕਸਿੰਗ ਸਾਰੇ ਮਾਡਲ ਰੱਖਦੇ ਹਾਂ ਇੱਥੇ ਲੈਂਸਰ ਮੈਨੂੰ ਯਾਦ ਆਇਆ ਆਪਾਂ 6 ਪੀਸ ਮੰਗਾਏ ਸੀਗੇ 5 ਨਹੀਂ ਗੇ ਹਾਂ ਦੇਖੋ ਤੁਸੀਂ ਮੌਕੇ 'ਤੇ ਮਾਡਲ ਹੀ ਮਾਡਲ ਕੀਤੇ ਪੈਣੇ ਆਪਾਂ 6 ਪੀਸ ਇਸ ਦੇ ਆਏ ਸੀਗੇ ਠੀਕ ਹੈ ਪਹਿਲਾਂ ਮੈਨੂੰ ਐਂ ਲੱਗਦਾ ਸੀ 5 ਪੀਸ ਮੰਗਾਏ ਨੇ ਫਿਰ ਯਾਦ ਆਇਆ ਨਹੀਂ 6 ਪੀਸ ਮੰਗਾਏ ਨੇ ਅਤੇ ਇਸ 'ਤੇ ਕੰਮ ਸ਼ੁਰੂ ਕਰਨਾ ਹਜੇ ਕੀਤਾ ਨਹੀਂ ਗਾ ਮੈਂ ਅਤੇ ਦੇਖਦਾ ਵਾਂ ਕੋਸ਼ਿਸ਼ ਕਰਾਂਗਾ ਕਿ ਰਾਤ ਨੂੰ ਕੰਮ ਸ਼ੁਰੂ ਕਰਦਾ ਅਤੇ ਬਾਕੀ ਪਹਿਲਾਂ ਬਾਅਦ ਵੀ ਜਾ ਕੇ ਆਉਣਾ ਫਿਲਾਮੈਂਟ ਆਪਣਾ ਆਇਆ ਹੋਇਆ ਅਤੇ ਫਿਲਾਮੈਂਟ ਵੀ ਲੈ ਕੇ ਆਉਣਾ ਹੈ ਉਹ ਆਪਾਂ ਦੇਖਦੇ ਆ ਜਾਵਾਂਗੇ 6 ਕੁ ਵਜੇ ਜਾਵਾਂਗੇ ਟਾਈਮ ਕੀ ਹੋ ਗਿਆ 5:30 ਹੋ ਗਏ ਥੋੜ੍ਹਾ ਹੀ ਟਾਈਮ ਰਹਿ ਗਿਆ ਅਤੇ ਇੱਧਰ ਟਾਇਰ ਪ੍ਰਿੰਟ ਕਰਨੇ ਲਾਤੇ ਸੀ ਮੈਂ ਹੋਰ ਮੈਂ ਕਿਹਾ 5 ਘੰਟੇ ਲੱਗਣੇ ਇਹਨੂੰ ਪ੍ਰਿੰਟ ਹੋਣ 'ਚ ਅਤੇ ਪ੍ਰਿੰਟਰ ਚਲਾ ਦਈਏ ਹੁਣ ਕਿਉਂਕਿ ਫਿਲਾਮੈਂਟ ਆ ਗਿਆ ਫਿਰ ਰਾਤ ਨੂੰ ਆਪਾਂ ਟਰਾਲੀ ਪ੍ਰਿੰਟ ਕਰਨੀ ਲਾਵਾਂਗੇ ਪ੍ਰਿੰਟਰ 'ਤੇ ਠੀਕ ਹੈ ਅਤੇ ਇੱਧਰ ਐਕਸਪੈਰੀਮੈਂਟ ਚੱਲ ਰਿਹਾ ਸੀਗਾ ਆਪਣੇ ਸਵਰਾਜ ਦੇ ਜਿਹੜੇ ਪਾਰਟਸ ਨੇ ਉਹਨਾਂ ਦੇ ਐਕਸਪੈਰੀਮੈਂਟ ਚੱਲਣ ਦੇਣੇ ਠੀਕ ਹੈ ਆਹ ਦੇਖੋ ਆਹ ਇੱਕ ਪਾਰਟ ਕੱਲ੍ਹ ਪ੍ਰਿੰਟ ਕੀਤਾ ਸੀ ਐਕਸਪੈਰੀਮੈਂਟ ਕਰਕੇ ਵੇਖਿਆ ਕਾਮਯਾਬ ਨਹੀਂ ਹੋਇਆ ਅਤੇ ਇਹ ਵੇਸਟ ਗਿਆ ਠੀਕ ਹੈ ਹੁਣ ਆਹ ਇੱਕ ਹੋਰ ਨਵਾਂ ਐਕਸਪੈਰੀਮੈਂਟ ਕਰਨ ਦਿਆ ਵਾਂ ਜੇ ਕਾਮਯਾਬ ਹੋ ਗਿਆ ਫਿਰ ਇਹਦੇ 'ਤੇ ਅੱਗੇ ਯੂ ਪਾਈਪ ਦੀ ਸੈਟਿੰਗ ਵਗੈਰਾ ਹੋਊਗੀ ਠੀਕ ਹੈ ਅਤੇ ਜਿਹੜਾ ਆਪਣਾ ਸਵਰਾਜ ਹੈ ਇਹਦਾ ਗੇਅਰਬੋਕਸ ਕੀਤਾ ਅਪਗ੍ਰੇਡ ਕੱਲ੍ਹ ਨਾਲੋਂ ਕੱਲ੍ਹ ਆਪਾਂ ਟਰੈਕਟਰ ਚਲਾਇਆ ਸੀ ਤੁਸੀਂ ਪਾਵਰ ਵੇਖੀ ਸੀ ਇਹਦੀ ਬਾਕੀ ਮੈਂ ਉਹ ਵੀ ਕਲਿੱਪ ਇਹਦੇ 'ਚ ਐਡ ਕਰ ਦਾਂਗਾ ਠੀਕ ਹੈ ਅਤੇ ਹੁਣ ਇਹਨੂੰ ਫਿਰ ਆਪਾਂ ਬਾਹਰ ਲੈ ਕੇ ਚੱਲਦੇ ਹਾਂ ਅਤੇ ਟੈਸਟਿੰਗ ਕਰਦੇ ਹਾਂ ਕਿ ਕੱਲ੍ਹ ਨਾਲੋਂ ਹੁਣ ਕਿੰਨਾ ਫਰਕ ਪਿਆ ਇਹਦਾ ਠੀਕ ਹੈ ਟਾਇਰ ਇਹਨੂੰ ਪੁੱਠੇ ਫਿੱਟ ਹੋ ਗਏ ਨੇ ਬਸ ਆਹ ਚੀਜ਼ ਦਾ ਧਿਆਨ ਨਹੀਂ ਦਿੱਤਾ ਮੈਂ ਜੋ ਫਿਟਿੰਗ ਕਰਨਾ ਸੀ ਨਾ ਟਾਇਰ ਵੇਖੇ ਨੇ ਮੈਂ ਪੁੱਠੇ ਫਿੱਟ ਹੋ ਗਏ ਚਲੋ ਕੋਈ ਚੱਕਰ ਨਹੀਂ ਗਾ ਅਤੇ ਉਸਦੇ ਨਾਲ ਜਿਹੜਾ ਆਪਣਾ 9-11 ਹੈ ਉਹ ਵੀ ਆਲਮੋਸਟ ਰੇਡੀ ਹੈ ਬਸ ਫਰੰਟ ਵਾਲੀਆਂ ਲਾਈਟਾਂ ਇਹਦੀਆਂ ਕਰਨੀਆਂ ਸੀਗੀਆਂ ਡਿਜ਼ਾਈਨ ਠੀਕ ਹੈ ਡਿਜ਼ਾਈਨ ਵੀ ਹੈਗੀਆਂ ਬਸ ਪ੍ਰਿੰਟ ਕਰਨੀਆਂ ਸੀ ਉਹ ਵਾਈਟ ਫਿਲਾਮੈਂਟ ਹੈ ਨਹੀਂ ਸੀ ਆਪਣੇ ਕੋਲ ਵਾਈਟ ਆ ਗਿਆ ਅਤੇ ਉਹ ਵੀ ਕੰਮ ਕਰਦੇ ਨੇ ਆਪਾਂ ਅਤੇ ਇਹਦੀ ਹੁੱਡ ਜਿਹੜੀ ਆ ਉਹ ਵੀ ਅਜੇ ਪ੍ਰਿੰਟ ਹੀ ਕਰਨੀ ਪੈਣੀ ਹੈ ਕਿਉਂਕਿ ਦੂਜੀ ਹੁੱਡ ਹਜੇ ਆਈ ਨਹੀਂ ਗੀ ਆਪਣੇ ਕੋਲ ਉਹ ਟਾਈਮ ਲੱਗ ਜੂ ਥੋੜ੍ਹਾ ਜਿਹਾ ਅਤੇ ਇਹ ਵੀ ਕੰਮ ਕਰਨਾ ਆਪਾਂ ਠੀਕ ਹੈ ਇਹ ਮੈਂ ਦੇਖਦਾ ਅੱਜ ਰਾਤ ਇਹ ਵੀ ਕੰਮ ਕਰਕੇ ਨਬੇੜ ਕਹਿੰਦਾ ਵੀ ਕੰਮ ਡਨ ਕਰਦੇ ਹਾਂ ਚਲੋ ਫਿਰ ਛੇਤੀ ਇਹਦੀ ਨਾ ਆਪਾਂ ਇਹਦੀ ਇੱਕ ਟੈਸਟਿੰਗ ਕਰ ਲਈ ਹਲਕੀ ਫੁਲਕੀ ਜੀ ਅਤੇ ਫਿਰ ਆਪਾਂ ਇਲਾਂ ਮੈਂ ਜਾ ਕੇ ਆਵਾਂਗੇ ਗੇਅਰਬੋਕਸ ਫਾਈਨਲ ਹੋ ਚੁੱਕਿਆ ਜਿਹੜਾ ਹੁਣ ਮੌਕੇ 'ਤੇ ਲੱਗਾ ਇਹਦੇ 'ਚ ਇਹੀ ਗੇਅਰਬੋਕਸ ਲਾਵਾਂਗੇ ਆਪਾਂ ਠੀਕ ਹੈ ਮੇਨ ਜਿਹੜੀ ਸਭ ਨੂੰ ਵੱਡੀ ਪ੍ਰੋਬਲਮ ਆ ਰਹੀ ਆ ਉਹ ਆ ਰਹੀ ਹੈ ਯੂ ਪਾਈਪ ਅਤੇ ਮਿਊਜ਼ਿਕ ਸਿਸਟਮ ਦੀ ਠੀਕ ਹੈ ਫੀਟਿੰਗ ਵਗੈਰਾ ਨਹੀਂ ਹੋ ਰਹੀ ਵੀ ਪ੍ਰੋਪਰ ਜਗ੍ਹਾ ਹੈ ਨਹੀਂ ਇਹਦੇ ਵਿੱਚ ਉਹ ਜਗ੍ਹਾ ਬਣਾਉਣੀ ਪੈਣੀ ਹੈ ਅਤੇ ਇਸ ਕਰਕੇ ਨਾ ਆਪ ਪੂਰਾ ਪਲੇਟਫਾਰਮ ਹੀ ਇੱਥੇ ਪ੍ਰਿੰਟ ਹੋਣ ਦਿਆ ਜੇ ਇਹਦੀ ਫੀਟਿੰਗ ਸਹੀ ਆ ਗਈ ਨਾ ਫਿਰ ਐਸੇ ਰਹਿ ਜੂਗਾ ਅਤੇ ਮੈਂ ਕੋਸ਼ਿਸ਼ ਕਰਨੇ ਹਾਂ ਕਿ ਇਹਦੀ ਯੂ ਪਾਈਪ ਇੱਦਾਂ ਦੀ ਬਣਾਈਏ ਕਿ ਆਪਾਂ ਜਦੋਂ ਪੈਕਿੰਗ ਕਰਨੀ ਹੈ ਨਾ ਭੇਜਣਾ ਮਾਡਲ ਉਦੋਂ ਯੂ ਪਾਈਪ ਖੋਲ੍ਹ ਸਕੀਏ ਅਤੇ ਉੱਥੇ ਉਹ ਅਸੈਂਬਲ ਕਰ ਲਊਗਾ ਠੀਕ ਹੈ ਜਿਹਦੇ ਕੋਲ ਵੀ ਜਾਊਗਾ ਮਾਡਲ ਉਹ ਚਲੋ ਆਪਾਂ ਅੱਗੇ ਦੇਖ ਲਾਂਗੇ ਫਿਲਹਾਲ ਆਪਾਂ ਇਹਦੀ ਛੇਤੀ ਛੇਤੀ ਟੈਸਟਿੰਗ ਕਰੀਏ ਨਹੀਂ ਤਾਂ ਪਹਿਲਾਂ ਬਾਅਦ ਲਈ ਲੇਟ ਹੋ ਜਾਵਾਂਗੇ ਜੇ ਸ਼ੋਪ ਬੰਦ ਹੋ ਗਈ ਤਾਂ ਪਾਰਸਲ ਸਵੇਰੇ ਮਿਲੂਗਾ ਵੀਡੀਓ ਸ਼ੂਟ ਵੀ ਕਰਨੀ ਹੈ ਵੈਸੇ ਤਾਂ ਮਹਿੰਦਰਾ ਵੀ ਆਪਣਾ ਪਤਾ ਨਹੀਂ ਕਿੰਨੇ ਕੁ ਦਿਨ ਦਾ ਮਹਿਮਾਨ ਹੈ ਮੈਂ ਉਹਨੂੰ ਬਸ ਰੋਕ ਹੀ ਬੈਠਾ ਵਾਂ ਵੀ ਇਹਦੇ ਨਾਲ ਵੀਡੀਓ ਸ਼ੂਟ ਕਰਾਂਗਾ ਨਹੀਂ ਤਾਂ ਇਹ ਵੀ ਜਾਣ ਨੂੰ ਬਹੁਤ ਕਾਲਾ ਅਤੇ 9-11 ਚਲੋ ਇੱਥੇ ਹੀ ਇੱਕ ਵਾਰੀ ਪਰ 9-11 ਵੀ ਪਾਵਰ ਵਾਲੇ ਗੇਅਰਬੋਕਸ 'ਚ ਨਹੀਂ ਗਾ ਸਪੀਡ ਵਾਲੇ 'ਚ ਹੈ ਸਵਰਾਜ ਦਾ ਸੱਚ ਸੀਨ ਇੱਦਾਂ ਹੈ ਕਿ ਮੌਕੇ 'ਤੇ ਪਾਵਰ ਵਾਲੇ ਗੇਅਰਬੋਕਸ 'ਚ ਹੈ ਅਤੇ ਸਪੀਡ ਵਾਲੇ ਗੇਅਰਬੋਕਸ ਦੀ ਥੋੜ੍ਹੀ ਸੈਟਿੰਗ ਐਡ ਕਰਨੀ ਪਊਗੀ ਉਹਦੇ 'ਤੇ ਵੀ ਮੱਥਾ ਮਾਰਾਂਗੇ ਰੁਕ ਕੇ ਠੀਕ ਹੈ ਫਿਲਹਾਲ ਇੱਕ ਵਾਰੀ ਪਾਵਰ ਵਾਲੇ ਦੀ ਟੈਸਟਿੰਗ ਕਰ ਲਈ ਆਪਾਂ ਚਲੋ ਫਿਰ ਬਾਹਰ ਚੱਲਦੇ ਹਾਂ ਲਓ ਮੁੰਡਿਓ ਸੇਮ ਕੱਲ੍ਹ ਵਾਲੀ ਜਗ੍ਹਾ ਕੱਲ੍ਹ ਨਾਲੋਂ ਸਪੀਡ ਵਧੀਆ ਟਰੈਕਟਰ ਦੀ ਚਲੋ ਚਲਾ ਕੇ ਤਾਂ ਆਪਾਂ ਕੱਲ੍ਹ ਵੀ ਵੇਖਿਆ ਸੀਗਾ ਕਟਾਈ ਕਟੂਈ 'ਤੇ ਜਮਾਂ ਓਕੇ ਮੌਕੇ 'ਤੇ ਬਸ ਆਪਾਂ ਪਾਵਰ ਦੀ ਟੈਸਟਿੰਗ ਕਰਨੀ ਹੈ ਕਿ ਟਰੈਕਟਰ 'ਚ ਪਾਵਰ ਕੱਲ੍ਹ ਨਾਲੋਂ ਵਧੀਆ ਕਿ ਨਹੀਂ
ਉਸੇ ਗੱਡੇ 'ਚ ਫਸਣ ਦਿਆ ਜਿਹਦੇ 'ਚ ਕੱਲ੍ਹ ਫਸਣ ਦਿਆ ਸੀ। ਚਲੋ ਆ ਰਹੀ ਆਪਣੀ ਟਰਾਲੀ, ਟਰਾਲੀ ਨਹੀਂ ਡਰਾਤਾ ਅਤੇ ਜ਼ਿਆਦਾ ਟਾਈਮ ਨਹੀਂ ਲੱਗਣਾ, ਬਸ ਇੱਕ ਦੋ ਮਿੰਟਾਂ 'ਚ ਪਤਾ ਲੱਗ ਜੂਗਾ ਕਿ ਗੇਅਰ ਬੋਕਸ ਦਾ ਕਿੰਨਾ ਕੁ ਫਰਕ ਪਿਆ। ਟਰਾਲੀ ਕਰ ਦਈਏ ਫਿੱਟ। ਚੱਲ ਵੀ ਸਵਰਾ ਸਿਆ, ਅਤੇ ਬਾਕੀ ਕੱਲ੍ਹ ਵਾਲੀ ਵੀਡੀਓ ਮੈਂ ਇਹਦੇ ਵਿੱਚ ਐਡ ਕਰ ਦਾਂਗਾ, ਹੋ ਸਕਦਾ ਇਸ ਤੋਂ ਪਹਿਲਾਂ ਕਰ ਦਾਂ ਇਸ ਤੋਂ ਬਾਅਦ ਕਰ ਲਾਂ, ਉਹਨੇ ਤੁਹਾਨੂੰ ਫਰਕ ਪਤਾ ਲੱਗ ਜੂਗਾ। ਠੀਕ ਹੈ, ਕੱਲ੍ਹ ਜਦੋਂ ਆ ਪੱਥਰ ਰੱਖਦਾ ਸੀ ਨਾ ਇਹਦੇ 'ਤੇ ਅਤੇ ਟਰੈਕਟਰ ਰੁਕ ਗਿਆ ਸੀ ਉੱਥੇ ਹੀ, ਪਾਵਰ ਹੀ ਨਹੀਂ ਸੀ ਮਾਰਦਾ। ਠੀਕ ਹੈ, ਸਲਿੱਪ ਵੀ ਨਹੀਂ ਸੀ ਕੱਟਣ ਦਿਆ। ਹੁਣ ਦੇਖ ਲੈਂਦੇ ਆਪਾਂ ਵੀ ਕਿੰਨਾ ਕੁ ਫਰਕ ਪਿਆ, ਵੀ ਟਰੈਕਟਰ ਹਜੇ ਵੀ ਦੱਬਦਾ ਜਾਂ ਕੀ ਸੀਨ ਹੈ। ਪਰਲੀ ਸਾਈਡ ਦਾ ਟਾਇਰ ਹੀ ਨਿਕਲ ਗਿਆ। ਇਹ ਆਪਣਾ ਟੈਸਟਿੰਗ ਵਾਲਾ ਟਰੈਕਟਰ ਹੈ ਨਾ, ਹਜੇ ਟਾਇਰ ਟੂਰ ਫਿਕਸ ਨਹੀਂ ਕਹਿੰਦੇ, ਇਸ ਕਰਕੇ ਇੱਦਾਂ ਹੀ ਚੱਲਦਾ ਇੱਧਰ ਦਾ। ਚਲੋ ਇਹਨੂੰ ਫਿਕਸ ਕਰ ਦਈਏ। ਚਲ ਵੀ ਹੁਣ ਦੇਖਦੇ ਹਾਂ। ਖੱਡ ਮਾਰਤੇ ਆ, ਟਰੈਕਟਰ ਨੇ ਚੱਕਰ ਨਹੀਂ ਤੋੜੇ, ਬੰਦ ਨਹੀਂ ਹੋਇਆ ਟਰੈਕਟਰ, ਸਲਿੱਪ ਕੱਢਦਾ ਰਿਹਾ। ਅਤੇ ਪਾਵਰ ਦਾ ਡਿਫਰੈਂਸ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਅਤੇ ਸਪੀਡ ਦਾ ਵੀ ਕੱਲ੍ਹ ਨਾਲੋਂ ਬਹੁਤ ਫਰਕ ਹੈ। ਅਤੇ ਆਈ ਗੇਅਰ ਬੋਕਸ ਆਪਾਂ ਕਰਦੇ ਹਾਂ ਫਾਈਨਲ ਇਹਦੇ 'ਚ। ਠੀਕ ਹੈ, ਪਾਵਰ ਵਾਲਾ ਆਈ ਗੇਅਰ ਬੋਕਸ ਰੱਖਣਾ ਇਹਦੇ ਵਿੱਚ ਆਪਾਂ, ਨੱਚਦੇ ਜਾਊਗਾ। ਬਾਕੀ ਆਪਾਂ ਸਵਰਾਜ ਦਾ ਇੱਕ ਵੱਡਾ ਵਰਜਨ ਵੀ ਬਣਾਉਣਾ, ਜਿਹੜਾ ਨਾਟਕਰਾ ਬਣਦਾ ਹੈ ਨਾ, ਸੇਮ ਉਸੇ ਕੈਟੇਗਰੀ 'ਚ ਬਣੂਗਾ ਸਵਰਾਜ, ਉਹ ਮੈਂ ਕਹਿੰਦਾ ਉਹ ਤਾਂ ਸਿਰਾ ਹੀ ਹੋਊਗਾ। ਉਹਦੇ ਟਾਈਮ ਲੱਗੂ ਥੋੜ੍ਹਾ ਜਿਹਾ, ਆਹ ਬਣ ਗਿਆ ਕਰੀ, ਮੈਂ ਕਹਿੰਦਾ ਉਹ ਤਾਂ ਸਿਰੇ ਹੀ ਲਊਗਾ, ਫਿਰ ਹਜੇ ਵੀ ਲਾਉਣ ਦਿਆ ਪੂਰਾ। ਸਹੀ ਹੈ, ਓਕੇ ਦੇ ਰੋਡ ਹੈ। ਚਲੋ ਬਈ ਬਸ ਬਹੁਤ ਕਰ ਲਈ ਟੈਸਟਿੰਗ ਆਪਾਂ, ਗੇਅਰਬੋਕਸ ਦੀ ਟੈਸਟਿੰਗ ਹੋ ਚੁੱਕੀ ਹੈ, ਗੇਅਰਬੋਕਸ ਹੋ ਗਿਆ ਪਾਸ ਅਤੇ ਬਹੁਤ ਜਲਦੀ ਤੁਹਾਨੂੰ ਮਾਰਕੀਟ 'ਚ ਮਿਲ ਜੂਗਾ ਟਰੈਕਟਰ। ਠੀਕ ਹੈ, ਛੇਤੀ ਲਾਉਂਚ ਕਰ ਲਊਂਗਾ। ਮੇਨ ਗੇਅਰਬੋਕਸ ਤਾਂ ਸੀਗਾ,
ਉਹ ਹੋ ਗਿਆ ਟੈਸਟ ਜਮ੍ਹਾਂ ਓਕੇ ਦੀ ਰਿਪੋਰਟ ਹੈ। ਪਾਵਰ ਵਾਲੇ ਗੇਅਰਬੋਕਸ 'ਚ ਆਪਾਂ ਨੂੰ ਇੰਨੀ ਕੁ ਪਾਵਰ ਹੀ ਚਾਹੀਦੀ ਸੀਗੀ ਇਸ ਪ੍ਰਾਈਜ਼ ਰੇਂਜ ਦੇ ਹਿਸਾਬ ਨਾਲ, ਠੀਕ ਹੈ, ਇਸ ਕੈਟੇਗਰੀ ਦੇ ਟਰੇਟਰ ਦੇ ਹਿਸਾਬ ਨਾਲ ਉਹ ਓਕੇ ਆ। ਬਾਕੀ ਇਹਨੂੰ ਟਾਇਰ ਵੀ ਵੱਡੇ ਨੇ ਆਪਣੇ ਦੂਜੇ ਟਰੇਟਰਾਂ ਨਾਲ, ਥੋੜ੍ਹਾ ਜਿਹਾ ਫਰਕ ਹੈ, ਬਾਕੀ ਠੀਕ ਆ, ਓਵਰਆਲ ਸਭ ਕੁਝ ਸੈੱਟ ਹੈ, ਗੁੱਡ ਹੈ। ਅਤੇ ਸਪੀਡ ਵਾਲਾ ਗੇਅਰਬੋਕਸ ਜਿਹੜਾ ਉਹਦੇ ਥੋੜ੍ਹਾ ਟਾਈਮ ਲੱਗੂਗਾ, ਉਹ ਬਣਾ ਕੇ ਅਤੇ ਉਹਦੀ ਟੈਸਟਿੰਗ ਫਿਰ ਆਪਾਂ ਅੱਡ ਕਰ ਲਵਾਂਗੇ, ਠੀਕ ਹੈ। ਮੌਕੇ ਦੇ ਯੂ ਪਾਈਪ ਅਤੇ ਮਿਊਜ਼ਿਕ ਸਿਸਟਮ ਹੈ ਨਹੀਂ, ਇਸ ਕਰਕੇ ਟਰੇਟਰ ਨਾਲ ਸਟੰਟ ਜਮ੍ਹਾਂ ਹੀ ਨਹੀਂ ਕਰਦਾ। ਹੋ ਸਕਦਾ ਇਹਦੇ 'ਚ ਵੀ ਕਰ ਲਏ, ਕੋਈ ਵੱਡੀ ਗੱਲ ਨਹੀਂ, ਪਰ ਵੇਟ ਚਾਹੀਦਾ ਬੈਕ 'ਤੇ। ਪਰ ਉਹ ਜਿਹੜਾ ਸਪੀਡ ਵਾਲਾ ਗੇਅਰਬੋਕਸ ਹੈ ਨਾ, ਉਹਦੇ ਵੀ ਟਰੇਟਰ ਪ੍ਰੋਪਰ ਸਟੰਟ ਕਰੂਗਾ, ਠੀਕ ਹੈ। ਚਲੋ ਇਹਦੀ ਹੋ ਗਈ ਟੈਸਟਿੰਗ, ਅਤੇ ਆਪਾਂ ਨਾ ਹੁਣ ਦੇਖਦੇ ਹਾਂ ਪਹਿਲਾਂ ਵਾਰ ਗੇੜਾ ਮਾਰ ਕੇ ਆਈਏ ਛੇਤੀ, ਕਿਉਂਕਿ ਗੇਅਰਬੋਕਸ ਫਾਈਨਲ ਹੋ ਚੁੱਕਿਆ, ਬਸ ਹੁਣ ਪ੍ਰੋਡਕਸ਼ਨ 'ਤੇ ਕੰਮ ਸ਼ੁਰੂ ਕਰ ਦੇਣਾ ਆਪਾਂ, ਟਰੇਟਰਾਂ ਨੂੰ ਛੇਤੀ ਮਿਲ ਜਾਣਗੇ ਸਵਰਾਜ। ਲਓ ਵੀ ਮੁੰਡਿਓ, ਸੀਨ ਇੱਦਾਂ ਹੈ ਕਿ ਸਭ ਤੋਂ ਪਹਿਲਾਂ ਤਾਂ ਆਹ ਦੇਖੋ ਤੁਸੀਂ, ਦੋ ਟਾਇਰ ਹੋ ਗਏ ਨੇ ਪ੍ਰਿੰਟ, ਯਾਨੀ ਕਿ ਪ੍ਰਿੰਟਰ ਨੂੰ ਚੱਲਦੇ ਨੂੰ ਲਗਭਗ 5 ਘੰਟੇ ਹੋ ਚੁੱਕੇ ਨੇ, ਠੀਕ ਹੈ। ਟਾਇਰ ਲਈਏ ਪੱਟ ਆ ਜਿਹੜੇ, ਅਤੇ ਉਸ ਦੇ ਨਾਲ ਆਪਣਾ ਫਿਲਾਮੈਂਟ ਜਿਹੜਾ ਉਹ ਵੀ ਪਹੁੰਚ ਗਿਆ ਜੇ। 2 ਕਿਲੋ ਵਾਈਟ ਹੈ ਅਤੇ 1 ਕਿਲੋ ਹੈ ਬਲੈਕ, ਠੀਕ ਹੈ। ਛੇਤੀ ਛੇਤੀ ਇਹਨੂੰ ਖੋਲ੍ਹ ਕੇ ਪਹਿਲਾ ਕੰਮ ਜਿਹੜਾ ਹੁਣ ਕਰਨਾ ਨਾ ਆਪਾਂ, ਵੀ ਵਾਈਟ ਫਿਲਾਮੈਂਟ ਨਾਲ ਪਹਿਲੀ ਜਿਹੜੀ ਪ੍ਰਿੰਟ ਕਰਨੀ ਚੀਜ਼ ਉਹ ਹੈ ਟਰਾਲੀ, ਕਿਉਂਕਿ ਟਾਈਮ ਮੌਕੇ 'ਤੇ 10 ਵੱਜ ਗਏ ਨੇ। ਅਤੇ ਬਸ ਹੁਣ ਮੈਂ ਵਲੋਗ ਐਂਡ ਹੀ ਕਰਨਾ, ਅਤੇ ਆਪਾਂ ਨਾ ਟਰਾਲੀ ਪ੍ਰਿੰਟ ਕਰਨੀ ਲਾ ਦਿੰਦੇ ਹਾਂ, ਅਤੇ 15 ਘੰਟੇ ਲੱਗਣਗੇ ਟਰਾਲੀ ਪ੍ਰਿੰਟ ਹੋਣ 'ਚ, ਠੀਕ ਹੈ। ਸਾਰੀ ਰਾਤ ਚੱਲਦਾ ਰਹੂ ਪ੍ਰਿੰਟਰ, ਅਤੇ ਸਵੇਰ ਤੱਕ ਫਿਰ ਟਰਾਲੀ ਪ੍ਰਿੰਟ ਹੋ ਜਾਊਗੀ ਜੇ ਸਭ ਕੁਝ ਸਹੀ ਰਿਹਾ ਤਾਂ, ਠੀਕ ਹੈ। ਬਾਕੀ ਚਲੋ ਤੁਹਾਨੂੰ ਨੈਕਸਟ ਵਲੋਗ 'ਚ ਪਤਾ ਲੱਗੂਗਾ ਕੀ ਬਣਦਾ ਟਰਾਲੀ ਦਾ। ਅਤੇ ਉਸ ਦੇ ਨਾਲ ਇੱਧਰ ਆਪਣੇ ਮਾਡਲ ਨੇ ਜਿਹੜੇ, ਇਸ ਤੋਂ ਰਿਲੇਟਡ ਵੀ ਮੈਂ ਕੁਝ ਸੋਚਿਆ ਹੋਇਆ, ਉਹਦੇ 'ਤੇ ਵੀ ਆਪਾਂ ਕਰਦੇ ਹਾਂ ਅੱਜ ਗੱਲ, ਠੀਕ ਹੈ। ਅਤੇ ਪ੍ਰਾਈਜ਼ ਵਗੈਰਾ ਤਾਂ ਅੱਜ ਨਹੀਂ ਦੱਸਿਆ ਜਾਣਾ, ਬਾਕੀ ਪ੍ਰਾਈਜ਼ ਮੈਂ ਦੇਖਦਾ ਵਾਂ ਤੁਹਾਨੂੰ ਕੱਲ੍ਹ ਜਾਂ ਪਰਸੋਂ ਤੱਕ ਪ੍ਰਾਈਜ਼ ਦੱਸ ਦਾਂਗਾ ਇਹਦਾ, ਠੀਕ ਹੈ। ਕੱਲ੍ਹ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨੂੰ ਰੈਡੀ ਕਰ ਹੀ ਦਾਂ, ਕੋਸ਼ਿਸ਼ ਤਾਂ ਮੇਰੀ ਇਹੀ ਰਹੂਗੀ। ਬਾਕੀ ਕੱਲ੍ਹ ਮਟਰ ਤੋੜਨੇ ਨੇ ਅਤੇ ਉੱਧਰ ਟਾਈਮ ਹੋ ਸਕਦਾ ਲੱਗ ਜੇ, ਠੀਕ ਹੈ। ਬਾਕੀ ਇੱਦਾਂ ਕੱਲ੍ਹ ਤਾਂ ਔਖਾ ਹੀ ਹੈ ਸੱਚੀ ਦੱਸਾਂ ਤਾਂ, ਵੀ ਇਹਨੂੰ ਮੈਂ ਤਿਆਰ ਕਰ ਦਾਂਗਾ, ਮੁਸ਼ਕਲ ਹੈ ਕਿਉਂਕਿ 9:11 ਵੀ ਕੱਲ੍ਹ ਰੈਡੀ ਕਰਨਾ, ਠੀਕ ਹੈ। ਅਤੇ ਉਸ ਦੇ ਨਾਲ ਸਵਰਾਜ ਦੇ ਵੀ ਔਡਰ ਆਉਣ ਦੇ ਨੇ, ਅਤੇ ਇਹਨੇ 'ਤੇ ਵੀ ਛੇਤੀ ਛੇਤੀ ਕੰਮ ਕਰਨਾ ਹੈ, ਕਿਉਂਕਿ ਮੌਕੇ 'ਤੇ ਹੁਣ ਜਿਹੜਾ ਹੈ ਨਾ ਮੇਨ ਜਿਹੜੀ ਪ੍ਰੋਬਲਮ ਗੇਅਰਬੋਕਸ ਦਾ ਓਕੇ ਹੋ ਚੁੱਕਾ, ਮੇਨ ਪ੍ਰੋਬਲਮ ਇਹਦੀ ਯੂ ਪਾਈਪ ਦੀ ਅਤੇ ਮਿਊਜ਼ਿਕ ਸਿਸਟਮ ਦੀ ਆਉਣ ਦੀ ਹੈ, ਕਿਉਂਕਿ ਆਹ ਜਿਹੜਾ ਮਾਡਲ ਹੈ ਨਾ ਇਹਦੇ ਵਿੱਚ ਕੋਈ ਜ਼ਿਆਦਾ ਸਪੇਸ ਹੈ ਨਹੀਂ ਇੱਥੇ, ਆਹ ਦੇਖੋ ਜਮ੍ਹਾਂ ਖਾਲੀ ਹੈ। ਅਤੇ ਇਸ ਕਰਕੇ ਇਹਦਾ ਪੂਰਾ ਪਹਿਲਾਂ ਪਲੇਟਫਾਰਮ ਇਹਨੂੰ ਪ੍ਰਿੰਟ ਕਰਨਾ ਪਊਗਾ, ਉਦੋਂ ਬਾਅਦ ਫਿਰ ਉਹਦੇ 'ਤੇ ਯੂ ਪਾਈਪ ਲੱਗੂਗੀ, ਠੀਕ ਹੈ। ਕਿਉਂਕਿ ਮੈਂ ਚਾਹੁੰਦਾ ਕਿ ਫੁੱਲ ਹੈਵੀ ਲੱਗੇ ਸਿਸਟਮ ਜੋ ਵੀ ਲੱਗੇ ਇਹਦੇ 'ਤੇ, ਇਸ ਕਰਕੇ ਫਿਰ ਥੋੜ੍ਹਾ ਐਕਸਪੈਰੀਮੈਂਟ ਇਹਦੇ 'ਤੇ ਕਰਨੇ ਪੈਣਗੇ ਆਪਾਂ ਨੂੰ, ਹੁਣ ਦੇ ਲਈ 2-3 ਦਿਨ ਚਾਹੀਦੇ ਨੇ ਹਜੇ ਆਪਾਂ ਨੂੰ। ਅਤੇ ਸਿੰਪਲ ਦੇ ਔਡਰ ਆਉਣ ਦੇ ਨੇ, ਅਤੇ ਸਿੰਪਲ ਦੇ ਵਿੱਚ ਵੀ ਮਿਊਜ਼ਿਕ ਸਿਸਟਮ 'ਤੇ ਆਪਾਂ ਨੂੰ ਲਾਉਣਾ ਹੀ ਪੈਣਾ ਯੂ ਪਾਈਪ ਵਗੈਰਾ ਵੀ। ਸੀਨ ਇੱਦਾਂ ਕਿਆ ਦੇਖੋ, ਦੋਵੇਂ ਪ੍ਰਿੰਟਰ ਚਲਾ ਤੇ ਆਪਾਂ, ਇੱਧਰ ਲਾ ਤੀ ਹੈ ਟਰਾਲੀ ਪ੍ਰਿੰਟ ਹੋਣੀ, ਠੀਕ ਹੈ। ਇਹ ਤਾਂ ਹੁਣ ਚੱਲੂਗਾ ਲਗਭਗ 15 ਕੁ ਘੰਟੇ, ਅਤੇ ਉਸ ਦੇ ਨਾਲ ਇੱਧਰ ਆ ਦੇਖੋ ਯੂ ਪਾਈਪ ਪ੍ਰਿੰਟ ਕਰਨੀ ਲਾਈ ਹੋਈ ਹੈ ਆਪਣੇ ਸਵਰਾਜ ਦੀ, ਠੀਕ ਹੈ। ਕਿਉਂਕਿ ਆਪਣੇ ਸਵਰਾਜ 'ਚ ਚੇਂਜ ਹੈ ਸਾਰਾ ਕੁਛ, ਵੀ ਯੂ ਪਾਈਪ ਸੇਮ ਹੋਣੀ ਲੱਗਣੀ ਜਿਹੜੀ ਆਪਾਂ ਇੰਨਾ 'ਚ ਯੂਜ਼ ਕਰਦੇ ਹਾਂ ਆਪਣੇ ਇਹਨਾਂ ਟਰੇਟਰਾਂ 'ਚ। ਆ ਇਹਦਾ ਪਲੇਟਫਾਰਮ ਹੈ, ਇਹਦੇ 'ਚ ਵੀ ਸੁਧਾਰ ਕੀਤੇ ਨੇ, ਆ ਤਾਂ ਟੈਸਟਿੰਗ ਵਾਲੇ ਟਰੇਟਰ 'ਤੇ ਲੱਗਣਾ ਆਪਣੇ, ਅਤੇ ਯੂ ਪਾਈਪ ਜਿਹੜੀ ਆ ਉਹ ਵੀ ਟੈਸਟਿੰਗ ਵਾਲੇ ਟਰੇਟਰ ਵਾਸਤੇ ਹੀ ਹੈ। ਅਤੇ ਜਿਹੜਾ ਟਰੇਟਰ ਆਪਾਂ ਭੇਜਣਾ ਫਸਟ ਔਡਰ 'ਤੇ, ਉਹ ਆਪਾਂ ਦੇਖਦੇ ਹਾਂ ਸਵੇਰੇ ਤਿਆਰ ਕਰਦਾ ਮੈਂ। ਅਤੇ ਆਪਾਂ ਇਸ 'ਤੇ ਗੱਲ ਕਰਨੀ ਸੀ, ਮੈਂ ਨਾ ਕਾਫੀ ਟਾਈਮ ਦਾ ਸੋਚਣ ਦਿਆ ਸੀਗਾ ਕਿ ਆਪਾਂ ਇਹ ਟਰੇਟਰ ਤਿਆਰ ਕਰਨਾ ਆਪਣੇ ਨੋਰਮਲ ਟਰੇਟਰ ਨਾਲੋਂ, ਇਹਦਾ ਰੇਟ ਆਪਾਂ ਘੱਟ ਰੱਖਾਂਗੇ, ਠੀਕ ਹੈ। ਆਪਣੇ ਕਲੈਕਸ਼ਨ ਦਾ ਸਭ ਤੋਂ ਸਸਤਾ ਟਰੇਟਰ ਹੋਊਗਾ ਰਿਮੋਟ ਕੰਟਰੋਲ। ਅਤੇ ਅੱਜ ਸਵੇਰ ਦਾ ਹੀ ਨਾ ਮੈਂ ਕਨਫਿਊਜ਼ਨ 'ਚ ਸੀਗਾ ਕਿ ਇਹਦਾ ਜਿਹੜਾ ਗੇਅਰ ਬੋਕਸ ਹੈ ਉਹ ਕਿਸ ਚੀਜ਼ ਦਾ ਬਣਾਈਏ,
ਕਿਸ ਚੀਜ਼ ਦਾ ਮਤਲਬ ਵੀ ਪਲਾਸਟਿਕ ਦਾ ਗੇਅਰ ਬੋਕਸ ਰੱਖਾਂ ਕਿ ਮੈਟਲ ਦਾ ਗੇਅਰ ਬੋਕਸ ਰੱਖਾਂ, ਕਿਉਂਕਿ ਪਲਾਸਟਿਕ ਅਤੇ ਮੈਟਲ ਦੇ ਗੇਅਰ ਬੋਕਸ ਦੇ ਵਿੱਚ ਨਾ ਜ਼ਿਆਦਾ ਡਿਫਰੈਂਸ ਨਹੀਂਗਾ, ਅਤੇ ਠੀਕ ਠਾਕ ਜਿਹਾ ਡਿਫਰੈਂਸ ਹੈਗਾ ਏ ਵੀ ਜੇ ਆਪਾਂ ਪਲਾਸਟਿਕ ਦਾ ਗੇਅਰ ਬੋਕਸ ਯੂਜ਼ ਕਰਦੇ ਹਾਂ ਅਤੇ ਆਪਾਂ ਪ੍ਰਾਈਜ਼ ਇਹਦੀ ਹੋਰ ਵੀ ਘਟਾ ਸਕਦੇ ਹਾਂ ਟਰੈਕਟਰ ਦੀ। ਪਰ ਪਰਸਨਲੀ ਮੇਰਾ ਜੀ ਨਹੀਂ ਕਰਦਾ ਪਿਆ ਕਿ ਮੈਂ ਪਲਾਸਟਿਕ ਦਾ ਗੇਅਰ ਬੋਕਸ ਯੂਜ਼ ਕਰਾਂ, ਠੀਕ ਹੈ, ਮੈਟਲ ਦਾ ਗੇਅਰ ਬੋਕਸ ਹੋਊਗਾ ਅਤੇ ਟੁੱਟਣ ਵਾਲੀ ਟੈਨਸ਼ਨ ਨਹੀਂ ਰਹੂਗੀ ਵੀ ਜਿੰਨਾ ਮਰਜ਼ੀ ਲੋਡ ਪਾਈ ਜਾਓ, ਵੀ ਜਿੰਨਾ ਇੱਕ ਲਿਮਿਟ ਹੁੰਦੀ ਮੈਟਲ ਦੇ ਗੇਅਰ ਬੋਕਸ ਦੀ ਵੀ ਉੱਥੋਂ ਤੱਕ ਆਪਾਂ ਟਰੈਕਟਰ ਚਲਾ ਸਕਦੇ ਹਾਂ ਆਰਾਮ ਨਾਲ। ਬਾਕੀ ਚਲੋ ਤੁਸੀਂ ਕਮੈਂਟ ਕਰਿਓ ਕਿ ਤੁਹਾਡੇ ਹਿਸਾਬ ਨਾਲ ਕੀ ਕਰੀਏ ਵੀ ਪਲਾਸਟਿਕ ਦਾ ਗੇਅਰ ਬੋਕਸ ਲਾਈਏ ਅਤੇ ਪ੍ਰਾਈਜ਼ ਡਾਊਨ ਕਰੀਏ ਥੋੜ੍ਹੀ ਜਿਹੀ, ਅਤੇ ਜਾਂ ਫਿਰ ਇੱਕ ਠੀਕ ਠਾਕ ਜੀ ਪ੍ਰਾਈਜ਼ ਦੇ ਵਿੱਚ ਤੁਹਾਨੂੰ ਮੈਟਲ ਦਾ ਗੇਅਰ ਬੋਕਸ ਇਹਦੇ 'ਚ ਚਾਹੀਦਾ, ਠੀਕ ਹੈ। ਅਤੇ ਬਾਕੀ ਚਲੋ ਤੁਸੀਂ ਕਮੈਂਟ ਕਰਿਓ, ਆਪਦੀ ਸਲਾਹ ਦਿਓ, ਮੈਂ ਪਰਸਨਲੀ ਦਿਮਾਗ 'ਚ ਸੋਚ ਲਿਆ ਕਿ ਇੱਦਾਂ ਹੀ ਕਰਨਾ। ਬਾਕੀ ਚਲੋ ਤੁਹਾਡੇ ਕਮੈਂਟ ਆਉਣਗੇ ਫਿਰ ਥੋੜ੍ਹੀ ਜਿਹੀ ਹੋਰ ਕਲੈਰਿਟੀ ਹੋਜੂਗੀ ਕਿ ਕੀ ਕਰਨਾ ਚਾਹੀਦਾ, ਠੀਕ ਹੈ। ਸਵੇਰ ਦੇ ਕਮੈਂਟ ਦੇਖਾਂਗਾ ਮੈਂ, ਉਦੋਂ ਬਾਅਦ ਫਿਰ ਆਪਾਂ ਇਸ 'ਤੇ ਵੀ ਕੰਮ ਸ਼ੁਰੂ ਕਰ ਦਾਂਗੇ ਆਪਾਂ, ਠੀਕ ਹੈ। ਇਹ ਇਸ ਦੀ ਲੁੱਕ ਨਹੀਂ ਚੇਂਜ ਹੁੰਦੀ, ਲਗਭਗ ਕੋਸ਼ਿਸ਼ ਕਰਾਂਗਾ ਕਿ ਇੱਦਾਂ ਦੀ ਹੀ ਸੇਮ ਟੂ ਸੇਮ ਲੁੱਕ ਰਹੇ। ਯੂ ਪਾਈਪ ਮਿਊਜ਼ਿਕ ਸਿਸਟਮ ਉਹ ਇਹਦੇ 'ਚ ਲੱਗਣਾ ਨਹੀਂ, ਕਿਉਂਕਿ ਪ੍ਰਾਈਜ਼ ਆਪਾਂ ਬਿਲਕੁਲ ਡਾਊਨ ਕਰਨਾ ਆ ਵੀ ਜਿੱਥੋਂ ਵੀ ਮੈਂ ਕੱਟ ਕਰ ਸਕਾਂ ਪ੍ਰਾਈਜ਼, ਮੈਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਟਰੈਕਟਰ ਰਿਮੋਟ ਕੰਟਰੋਲ ਹੋਵੇ, ਪਰ ਮੈਂ ਘੱਟ ਤੋਂ ਘੱਟ ਪ੍ਰਾਈਜ਼ ਦੇ ਵਿੱਚ। ਅਤੇ ਬਾਕੀ ਫਿਰ ਨਾ ਆਹ ਵਲੋਗ ਆਪਾਂ ਕਰਦੇ ਹਾਂ ਇੱਥੇ ਐਂਡ। ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਅਤੇ ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਮਿਲਦੇ ਆਪਾਂ ਸਵੇਰੇ ਨਵੇਂ ਵਲੋਗ 'ਚ, ਅਤੇ ਇਹਨਾਂ ਨਾਲ ਨਾ ਸਵੇਰੇ ਇੱਕ ਵੀਡੀਓ ਸ਼ੂਟ ਕਰਦੇ ਹਾਂ ਬਾਹਰ, ਸਾਰੇ ਟਰੈਕਟਰ ਡੱਬਿਆਂ 'ਚੋਂ ਕੱਢ ਕੇ ਡੱਬਿਆਂ ਨੂੰ ਇੱਕ ਸਾਈਡ 'ਤੇ ਕਰਾਂਗੇ, ਠੀਕ ਹੈ। ਸਾਰੇ ਟਰੈਕਟਰ ਬਾਹਰ ਕੱਢ ਲੈਣੇ ਆਪਾਂ ਕੱਲ੍ਹ, ਇੱਕ ਕੰਮ ਹੋਰ ਕਰਨਾ ਆਪਾਂ। ਬਾਕੀ ਸਵੇਰੇ ਕੰਮ ਤਾਂ ਬਹੁਤ ਨੇ ਕਰਨ ਵਾਲੇ, ਚਲੋ ਦੇਖਦੇ ਹਾਂ ਕੀ ਬਣਦਾ, ਸਵੇਰ ਦੀ ਸਵੇਰੇ ਹੀ ਪਤਾ ਲੱਗੂਗਾ। ਹੁਣ ਤਾਂ ਬਸ ਇਹੀ ਹੈ ਕਿ ਟਰਾਲੀ ਸੁੱਖ ਸੁਖਾਣਾ ਪ੍ਰਿੰਟ ਹੋ ਜਾਏ।